ਤੁਸੀਂ ਚੁੱਪ ਕਰਕੇ ਬੈਠੇ ਹੋ ਉਹ ਸਾਡੀ ਕੁੜੀ ਨੱਸ ਗਈ ਏ ਔਰ ਤੁਸੀਂ ਖਮੋਸ਼ ਬੈਠੇ ਹੋ ਤੂੰ ਦੱਸ ਤੇਰੀ ਭੈਣ ਲੱਗਦੀ ਏ ਤੂੰ ਦੱਸ ਸਾਨੂੰ ਮੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਉਹ ਘਰ ਤਾਂ ਤੂੰ ਬੈਠੀ ਸੀ ਏ ਮੈਨੂੰ ਨਹੀਂ ਪਤਾ ਕਿੱਥੇ ਗਈ ਏ ਮੈਂ ਤੇ ਆਂਢ ਗੁਆਂਢ ਵੀ ਸਾਰਾ ਪਤਾ ਕਰਕੇ ਆਈ ਆ ਕਿੱਥੇ ਵੀ ਨਹੀਂ ਮਿਲੀ ਕਮਾਲ ਹੋ ਗਿਆ ਯਾਰ ਅੱਧੇ ਘੰਟੇ ਦੇ ਵਿੱਚ ਕੁੜੀ ਗਾਇਬ ਹੋ ਗਈ ਕਿਸੇ ਰਿਸ਼ਤੇਦਾਰਾਂ ਦੇ ਘਰ ਪਤਾ ਕਰਨਾ ਏ ਬਾਈ ਜੀ ਸਭ ਘਰਾਂ ਤੋਂ ਪਤਾ ਕੀਤਾ ਫੋਨ ਵੀ ਕੀਤਾ ਉਹ ਕਿਸੇ ਪਾਸੇ ਕੋਈ ਇਤਲਾਹ ਨਹੀਂ ਮਿਲੀ ਥਾਣੇ ਤਲਾਕ ਕੀਤੀ ਏ ਹਾਂ ਹਾਂ ਇਤਲਾਹ ਕਰਨੀ ਸੀ ਥਾਣੇ ਉਹ ਨਹੀਂ ਯਾਰ ਥਾਣੇ ਇਤਲਾਹ ਨਹੀਂ ਕਰਨੀ ਚਾਹੀਦੀ ਉਹ ਪਿੰਡ 'ਚ ਮੇਰੀ ਕੋਈ ਇੱਜ਼ਤ ਏ ਕੀ ਇੱਜ਼ਤ ਰਹਿ ਜਾਏਗੀ ਜੇ ਪੂਰੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਤਾਂ ਡੈਲਨ ਪਤਾ ਤਾਂ ਲੱਗ ਗਿਆ ਸਾਰੇ ਪਿੰਡ ਵਾਲੇ ਤਾਂ ਇਕੱਠੇ ਹੋਏ ਬੈਠੇ ਆ ਭਾਈ ਜੀ ਬੜੀ ਟੈਨਸ਼ਨ ਹੋਈਦੀ ਏ ਉਹ ਮੇਰੀ ਇੱਜ਼ਤ ਦਾ ਮਸਲਾ ਉਹ ਤੁਸੀਂ ਸਾਰੇ ਪਿੰਡ ਵਾਲੇ ਆਏ ਤਾਂ ਤੁਹਾਡੀ ਬੜੀ ਮਿਹਰਬਾਨੀ ਨਹੀਂ ਨਹੀਂ ਸਾਡਾ ਹੱਕ ਬਣਦਾ ਤੂੰ ਸਾਡਾ ਭਰਾ ਹੈ ਹਮਸਾਇਆ ਅਸੀਂ ਕੋਸ਼ਿਸ਼ ਕਰਾਂਗੇ ਸਾਡਾ ਲੈ ਕੋ ਹੁਕਮ ਹੈ ਤਾਂ ਦੱਸ ਮੇਰਾ ਵੀਰਾ ਅਸੀਂ ਹਾਜ਼ਰ ਹਾਂ ਮੇਰੇ ਭਰਾ ਤੁਹਾਡੀ ਬੜੀ ਮਿਹਰਬਾਨੀ ਜਨਾਬ ਰਲ ਕੇ ਚੱਲਨੇ ਆ ਪਤਾ ਕਰਨੇ ਲੱਭਨੇ ਆ ਚਲੋ ਫਿਰ ਟਾਈਮ ਨਾ ਗਵਾਓ ਚੱਲੀਏ ਚਲ ਸਾਨੂੰ ਤੂੰ ਘਰ ਹੀ ਰਹਿਣਾ ਕਿਸੇ ਪਾਸੇ ਇੱਧਰ ਉੱਧਰ ਨਾ ਜਾਵੀਂ ਜੇ ਵਾਪਸ ਆ ਜਾਵੇ ਤੇ ਸਾਨੂੰ ਦੱਸ ਦੇਵੀਂ ਅੱਛਾ ਅਦਾਬ ਅਦਾਬ ਹੋ ਜਾਵੇ ਬਗੈਰ ਤਾਂ ਸਾਡੇ ਘਰ ਪਹਿਲੇ ਰੋਲਾ ਚੱਲਦਾ ਪਿਆ ਵੇ ਕਿੱਥੇ ਗਏ ਗੁੱਡੋ ਨਹੀਂ ਸੀ ਗੁੱਡੋ ਫੋਤ ਹੋ ਗਈ ਦੀ ਲਾਨਤੀ ਉਹ ਨੱਸ ਗਈ ਏ ਉਹ ਨੱਸ ਫੋਤ ਹਿੱਕਾ ਗੱਲ ਏ ਮੈਂ ਬੜੀ ਪਰੇਸ਼ਾਨ ਆ ਉਹ ਘਰੋਂ ਨੱਸ ਗਈ ਏ ਔਰ ਤੂੰ ਕਿਉਂ ਖਣੀ ਔਰ ਤੂੰ ਆ ਮੇਰੇ ਨਾਲ ਨਿਕਲ ਆਪਾਂ ਜੁਲੂ ਲੱਖ ਦੀ ਲਾਨਤੀ ਉਹਨੂੰ ਲੱਭਦੇ ਫਿਰਦੇ ਨਾਲ ਮੈਂ ਵੀ ਨੱਸ ਜਾਵਾਂ ਔਰ ਕੋਈ ਗੱਲ ਨਹੀਂ ਉਹਨੂੰ ਲੱਭਦੇ ਵੇ ਨਾਲ ਹੀ ਤਿੰਨ ਲੱਭ ਗਿਨ ਸਨ ਤੇਰੇ ਮੂੰਹ ਉਹ ਨੱਸ ਗਈ ਏ ਉਹਦੇ ਡਰ ਕੋਲ ਤੇਰੀ ਸ਼ਾਦੀ ਕਰ ਦੇ ਦੇਣ ਇਹ ਨਾ ਹੋਵੇ ਪਸੰਦ ਮੇਰੀ ਇਹ ਗਹਿਣ ਕੋਈ ਹੋਰ ਵੰਜਣ ਮੈਂ ਨਹੀਂ ਨੱਸਣਾ ਕਰੋ ਨਹੀਂ ਨੱਸਣਾ ਨਹੀਂ ਨਹੀਂ ਨੱਸਣਾ ਨਹੀਂ ਮੈਂ ਫਾਸ ਹੀ ਗਿੰਦਾ ਮੈਂ ਫਾਸ ਹੀ ਗਿੰਦਾ ਹੀ ਗਿੰਦਾ ਅਰੇ ਵੇ ਥੱਲੇ ਉੱਤਰ ਵੇ ਹਰਮ ਤੇ ਆ ਥੱਲੇ ਉੱਤਰ ਥੱਲੇ ਉੱਤਰ ਅੱਬਾ ਇਹੀ ਗਾ ਥੱਲੇ ਉੱਤਰ ਮੈਂ ਫਾਸ ਹੀ ਥੱਲੇ ਉੱਤਰ ਥੱਲੇ ਉੱਤਰ ਪਹਿਲੇ ਵਾਦਾ ਕਰ ਬੇ ਤੈਨਾਂ ਨਿਕਲਦੀਆਂ ਤਾਂ ਮੈਂ ਥੱਲੇ ਲਾਸਾ ਅਵਲ ਨਹੀਂ ਲਾਂਦਾ ਅੱਛਾ ਨਸਨੀਆਂ 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 ਥੱਲੇ ਉੱਤਰ ਗੋਗਲੂ ਦੀ ਤਬੀਅਤ ਚੂਹੀ ਤੂੰ ਆਜ ਕਰ ਕੇ ਬੜੇ ਔਰ ਤੂੰ ਹੀ ਤਾਂ ਨਸਾ ਕੇ ਗਹਿੰਦਾ ਹੈ ਓਏ ਇਹ ਤੂੰ ਬੇਗੈਰਤੀ ਵਾਲਾ ਕੰਮ ਕਰ ਬੈਠਾ ਔਰ ਡਿੱਠਾ ਵੰਜੇ ਨਾ ਆਪਾਂ ਚਾਰੋ ਬਗੈਰਤ ਆਏ ਆਪਾਂ ਬਗੈਰਤ ਔਰ ਬਗੈਰਤ ਨਹੀਂ ਤੇ ਹੋ ਤੂੰ ਨੈਪ ਨਾਜ਼ਮ ਹੈ ਔਰ ਜਿਹੜਾ ਕੰਮ ਕਰਕੇ ਆਏ ਬੈਠੇ ਆਏ ਅੱਛਾ ਚਲ ਹੁਣ ਚੁੱਪ ਕਰੋ ਲੱਭਦੇ ਫਿਰਦੇ ਨੇ ਕਿਤੇ ਇੱਥੇ ਫੜੇ ਨਾ ਜਾਈਏ ਮੈਂ ਤੇ ਨਸਣੇ ਕੋਈ ਨਹੀਂ ਸੀ ਮੇਰੇ ਤੇ ਪੈਰ ਤੇ ਮੱਲਾ ਸੀ ਇਹ ਨਸਾ ਕੇ ਲਿਆਈ ਸੀ ਮੈਨੂੰ ਖੱਲਾਈ ਦੱਲਿਆ ਔਰ ਮੱਲਾਈ ਵਾਲੀ ਨਸਾ ਹੈ ਅੱਛਾ ਹੁਣ ਚੁੱਪ ਕਰ ਜਾਓ ਉਹ ਲੱਭਦੇ ਫਿਰਦੇ ਨੇ ਚਾਰੇ ਫੜੇ ਜਾਵਾਂਗੇ ਤੁਸੀਂ ਤੇ ਉਵੇਂ ਬੇਗੈਰਤ ਲੋਕ ਓ ਚਮਚਾ ਅਸਾਂ ਬੇਗੈਰਤ ਲੋਕ ਨਹੀਂ ਇਹ ਬੇਗੈਰਤ ਲੋਕ ਹਨ ਜਿਹੜੀਆਂ ਸਾਡੇ ਨਾਲ ਨੱਸ ਆਈਆਂ ਹਨ ਹਾਂ ਓ ਸਾਡੀ ਇੱਜ਼ਤ ਤੇ ਕੀ ਫਰਕ ਪੈਣਾ ਇਹ ਕੁੜੀਆਂ ਨੇ ਇਹਨਾਂ ਦੀ ਇੱਜ਼ਤ ਖਰਾਬ ਹੋਣੀ ਆ ਸ਼ਾਬਾਸ਼ ਮੁਰਲੀ ਸ਼ਾਬਾਸ਼ ਮਰ ਜਾਣਿਆ ਮੋਇਆ ਮਾਰਿਆ ਉੱਥੇ ਮੇਰੀਆਂ ਮਿੰਤਾਂ ਕਰਕੇ ਮੈਨੂੰ ਭਜਾ ਕੇ ਲੈ ਆਇਆ ਤੇ ਇੱਥੇ ਤੋਂ ਸ਼ਰੀਫ ਲੈ ਜਾ ਸ਼ਰੀਫ ਲੈ ਜਾ ਓ ਗੋਲੀ ਮਾਰ ਸੱਟ ਲੱਗ ਬਹੁਤ ਪੈਣਾ ਲੰਗੜਾ ਸਾ ਤੇ ਮੇਰੇ ਲਈ ਬੜੀ ਛਿੱਤੀ ਹੈ ਬੜਾ ਮਰੇਂਦੀ ਹੈ ਮੇਰੀ ਬੜੀ ਸ਼ਰੀਫ ਹੈ ਅੱਛਾ ਇਹ ਮੈਨੂੰ ਦੇ ਦੇ ਉਹ ਤੂੰ ਲੈ ਲਾ ਮੇਰਾ ਪਿਓ ਤੇ ਮੇਰਾ ਚਾਚਾ ਕੁਆੜੀਆਂ ਚੁੱਕੀ ਫਿਰਦਾ ਹੈ ਉਹਨੇ ਸਾਨੂੰ ਵੱਢ ਦੇਣਾ ਹੈ ਓਏ ਗੱਲ ਠੀਕ ਹੈ ਤੇਰੀ ਗੱਲ ਸੁਣ
ਉਹ ਗੱਲ ਸੁਣ, ਇਹਦੇ ਚਾਚੇ ਜਿਹੜੇ ਕੁਹਾੜੀਆਂ ਚਾਹੀਦੇ ਨੇ ਉਹ ਇਹਨਾਂ ਦੇ ਨਾਲ ਆਪਾਂ ਹੀ ਮੁਫਤ ਦੇ ਵੱਢੀ ਵੇਸੂ। ਉਹ ਲੜਕੇ ਦੀ ਤਾਂ ਆਦਤ ਹੁੰਦੀ ਹੈ ਘਰੋਂ ਨਿਕਲਣਾ, ਆਪਾਂ ਮੁੱਛਲ ਜਵਾਨ ਹੈ ਇੱਜ਼ਤਦਾਰ ਬੰਦੇ, ਸਾਡੀ ਬੇਇੱਜ਼ਤੀ ਹੋ ਸੀ ਅਸਾਂ ਕੋਈ ਹੋਰ ਬਜਾ ਲਈ ਸੈਂ, ਆਪਣੀ ਜਾਨ ਬਚਾਊ। ਹਾਂ ਇਹਨਾਂ ਕੋਈ ਬਹਾਨਾ ਬਣਾ ਕੇ ਆਪਾਂ ਨਿਕਲਦੇ ਹਾਂ। ਬਿਲਕੁਲ ਬਹਾਨਾ ਬਣਾ ਕੇ ਨਿਕਲਦੇ ਹਾਂ, ਅਗਰ ਇਹਦੀਆਂ ਇੱਜ਼ਤਦਾਰ ਜਾਂ ਚੰਗੀਆਂ ਹੋਵੇ ਨਾ, ਉਹ ਆਪਣੇ ਮਾਂ ਪਿਓ ਦੀ ਇੱਜ਼ਤ ਨਾ ਰੱਖੇ ਨਾ, ਉਹ ਸਾਰੇ ਨਾਲ ਨਿਕਲੇ ਨਾ, ਇਹੋ ਬਿਹਤਰ ਸਿਆਣਿਆਂ ਦਾ ਖਾਣ, ਆਪਣੀ ਜਾਨ ਬੰਦਾ ਖੁਦ ਬਚਾਵੇ। ਆਪ ਅੱਛਾ ਗੱਲ ਸੁਣ ਜਾਨੂ, ਉਹ ਤੁਸੀਂ ਇੱਥੇ ਹੀ ਬਾਹੋ, ਅਸਾਂ ਗੱਡੀ ਗਿਣ ਕੇ ਆਉਂਦੇ ਪਏ ਹਾਂ, ਉਹ ਗੱਡੀ ਤੇ ਪਤਾ ਮੇਰੇ ਉੱਤੇ ਚਲਾਉਣੀ ਆਉਂਦੀ ਨਹੀਂ, ਇਹ ਗੱਡੀ ਚਲੇ ਸੀ ਉੱਥੇ, ਮੈਂ ਬੈਕਰੀ ਵਾਸਤੇ ਤੁਹਾਡੇ ਵਾਸਤੇ ਨਾ ਉਹ ਚਿਕਨ ਸਮੋਸੇ, ਚਿਕਨ ਰੋਲ, ਮਲਾਈ ਬੋਟੀ, ਹਾਂਡੀ, ਉਹ ਪੇਸਟਰੀ, ਇਹ ਸਾਰਾ ਕੁਝ ਗਿਣ ਕੇ ਅਤੇ ਰਸ ਮਲਾਈ ਤੂੰ ਸ਼ੌਕ ਨਾਲ ਖਾਣੀ, ਉਹ ਵੀ ਗਿੱਧੀ ਆਸਾਂ, ਤੁਸੀਂ ਇੱਥੇ ਇੰਤਜ਼ਾਰ ਕਰੋ ਅਤੇ ਅਸਾਂ ਚਾਰ ਜੋ ਸ਼ਾਪਰ ਹੋ ਸਨ ਆਪ ਰੱਖੇ ਤੂੰ ਇੰਨਾ ਕੁ ਉੱਠਿਓ ਅਧੇਰੀ ਵਾਲੇ ਸ਼ਾਪਰ ਆ। ਸੋਚਣ ਵਾਲੀ ਗੱਲ ਆ, ਤੂੰ ਇੱਥੇ ਕੱਲੀ ਕੀ ਕਰ ਰਹੀ ਹੈ? ਅੱਬਾ ਇਹ ਕਹਿੰਦੀ ਏ ਮੇਰੀ ਮਾਸੀ ਦੇ ਮੁੰਡੇ ਹੈਦਰੀ ਨਾਲ ਮੇਰੀ ਸ਼ਾਦੀ ਹੋ ਜਾਵੇ, ਇਹ ਰੁਸ ਕੇ ਇੱਥੇ ਬੈਠੀ ਏ। ਇਹ ਗੁੱਤਰੀ ਕਾ ਘਰ ਹੈ, ਤੂੰ ਮੈਨੂੰ ਦੱਸਦੀ ਸਾਰੇ ਪਿੰਡ ਚ ਮੇਰੀ ਬੇਇੱਜ਼ਤੀ ਹੋ ਗਈ ਏ, ਤੂੰ ਬਗੈਰ ਪੁੱਛੇ ਇੱਥੇ ਆ ਕੇ ਬਹਿ ਗਈ, ਜੇ ਇੱਥੇ ਬੈਠੀ ਸੀ ਤੂੰ ਮੈਨੂੰ ਤਾਂ ਦੱਸਦੀ। ਹੁਣ ਯਾਰ ਐਡਾ ਮਸਲਾ ਤਾਂ ਕੋਈ ਨਹੀਂ, ਹੁਣ ਅਗਾਂਹ ਘਰ ਜਾ ਕੇ ਗੱਲ ਕਰੇ ਸਾਂ। ਚਲੋ ਠੀਕ ਹੈ, ਓ ਚਲੋ ਉੱਠੋ ਕਮਲੀਆਂ ਨਾ ਹੁਣ ਤੇ, ਚਲੋ ਚਲੋ ਆ ਜਾਓ ਆ ਜਾਓ। ਗੁੱਡੋ ਰੱਬ ਨੇ ਸਾਡੀ ਬੜੀ ਇੱਜ਼ਤ ਰੱਖੀ ਏ, ਵਰਨਾ ਉਹਨਾਂ ਕੁੱਤਿਆਂ ਨੇ ਤਾਂ ਸਾਡੀ ਇੱਜ਼ਤ ਲਲਾਮ ਕਰਕੇ ਛੱਡ ਦਿੱਤਾ ਸੀ ਨਾ ਸਾਨੂੰ। ਮੈਂ ਤੇ ਅੱਲਾ ਦਾ ਲੱਖ ਲੱਖ ਵਾਰੀ ਸ਼ੁਕਰ ਅਦਾ ਕਰਨੀ ਆ ਕਿ ਯਾ ਅੱਲਾ ਸਾਨੂੰ ਇਹ ਜੀ ਬੁਰਾਈ ਤੋਂ ਬਚਾਈ ਹੈ। ਗੁੱਡੋ ਵੇਖ ਆਪਾਂ ਨਾ ਸੋਚੇ ਸਮਝੇ ਘਰੋਂ ਮਾਂ ਬਾਪ ਛੱਡ ਕੇ ਨਿਕਲ ਆਉਣੀ ਆ, ਲੇਕਿਨ ਸਾਨੂੰ ਇਹ ਨਹੀਂ ਪਤਾ ਕਿ ਸਾਡੇ ਨਾਲ ਅੱਗੇ ਕੀ ਹੁੰਦਾ ਹੈ। ਹਮੇਸ਼ਾ ਮਾਂ ਪਿਓ ਨੂੰ ਜਿਹੜਾ ਬੰਦਾ ਸਤਾਉਂਦਾ ਹੈ ਉਹਦੇ ਨਾਲ ਇਵੇਂ ਹੀ ਹੁੰਦਾ ਹੈ। ਨੂਰੀ ਮੇਰੀ ਤੋਂ ਅੱਜ ਤੋਂ ਤੋਬਾ, ਅੱਜ ਤੋਂ ਬਾਅਦ ਮੈਂ ਨਸਾਂ ਦਾ ਨਾਮ ਨਾ ਲਵਾਂਗੀ। ਯਾ ਅੱਲਾ ਤੇਰਾ ਲੱਖ ਤੇ ਹਜ਼ਾਰ ਤੇ ਕਰੋੜਾਂ ਵਾਰੀ ਸ਼ੁਕਰ ਏ, ਐਂਦਾ ਮੈਂ ਕਦੀ ਇਹ ਗਲਤੀ ਨਹੀਂ ਕਰਾਂਗੀ, ਕਦੀ ਵੀ ਨਹੀਂ ਕਰਾਂਗੀ। ਯਾ ਅੱਲਾ ਮਾਫ਼ ਕਰੀ, ਹਰ ਕਿਸੇ ਦੀ ਧੀ ਦੀ ਇੱਜ਼ਤ ਮਹਿਫੂਜ਼ ਰੱਖੀ।